ਜਿਹੜਾ ਹੈਗਾ ਚੈਪਟਰ ਦੂਜਾ, ਯਾਨੀ ਕਿ ਪੂਰਨ ਸੰਖਿਆਵਾਂ, ਇਹੀ ਅਧਿਆਇ ਦਾ ਨਾਮ ਹੈ। ਆਪਾਂ ਕਰਨੀ ਹੈਗੀ ਹੈ 2.1। ਉਹਦੇ ਚ ਆਪਾਂ ਤੀਜਾ ਸਵਾਲ ਕਰਨਾ ਹੈ, ਪਹਿਲਾਂ ਸਿਰਫ ਸਮਝੋ, ਕਰਨਾ ਬਾਅਦ ਚ। ਆਪਾਂ ਕਰਦੇ ਹਾਂ ਅਗੇਤਰ, ਇੰਗਲਿਸ਼ ਇਹਨੂੰ ਆਪਾਂ ਕਹਿੰਦੇ ਹਾਂ ਸਕਸੈਸਰ, ਮਤਲਬ ਅਗਲਾ। ਜੇ ਮੈਂ ਕਵਾਂ ਨੌਂ, ਨੌਂ ਦਾ ਅਗੇਤਰ ਕੀ ਹੈ? ਦਸ। ਜੇ ਮੈਂ ਕਵਾਂ ਹਜ਼ਾਰ, ਹਜ਼ਾਰ ਦਾ ਅਗੇਤਰ ਕੀ ਹੈ? ਇੱਕ ਹਜ਼ਾਰ। ਹੁਣ ਇਹ ਆਪਾਂ ਨੂੰ ਗਿਣਤੀ ਆਉਂਦੀ ਹੈ ਤਾਂ ਆਪਾਂ ਮਿੰਟੋ ਮਿੰਟੀ ਮੂੰਹ ਜ਼ਬਾਨੀ ਜ਼ਬਾਨ ਦੇ ਜਵਾਬ ਦੇ ਦੇਈਏ। ਪਰ ਜੇ ਮੰਨ ਲਓ, ਜੇ ਮੈਂ ਤੁਹਾਨੂੰ ਪੁੱਛਾਂ ਅਗੇਤਰ, ਇਹਦਾ ਅਗੇਤਰ, ਤਾਂ ਸੋਚਾਂਗੇ ਨਾ, ਕਿਉਂਕਿ ਇੰਨੀ ਵੱਡੀ ਗਿਣਤੀ ਆਪਾਂ ਨੂੰ ਕਾਊਂਟਿੰਗ ਨਹੀਂ ਆਉਂਦੀ ਨਾ, ਤਾਂ ਫਿਰ ਕਿਵੇਂ ਕਰਨਾ? ਅਗੇਤਰ ਦਾ ਐਕਚੁਅਲ ਕੀ ਫਾਰਮੂਲਾ ਹੁੰਦਾ ਮੈਥ ਵਿੱਚ ਉਹ ਦੇਖਦੇ ਹਾਂ ਕਿ ਅਗੇਤਰ ਆਪਾਂ ਕਿਵੇਂ ਕੱਢਦੇ ਹਾਂ। ਜਿਹੜਾ ਆਪਾਂ ਤਰੀਕਾ ਫਾਰਮੂਲਾ ਲੱਭਾਂਗੇ ਉਹ ਇਹਨਾਂ 'ਤੇ ਵੀ ਲਾਗੂ ਹੁੰਦਾ, ਬਸ ਫਰਕ ਇਹਨੇ ਕਿ ਗਿਣਤੀ ਆਪਾਂ ਨੂੰ ਮੂੰਹ ਜ਼ਬਾਨੀ ਆਉਂਦੀ ਹੈ ਤਾਂ ਆਪਾਂ ਜਵਾਬ ਸਿੱਧਾ ਬਿਨਾਂ ਸੋਚੇ ਸਮਝੇ ਦੇ ਦਿੰਦੇ। ਸਮਝ ਲੱਗ ਗਈ? ਹੁਣ ਫਾਰਮੂਲਾ ਕੀ ਹੈ? ਮੈਂ ਇਹਦਾ ਅਗੇਤਰ ਪੁੱਛਿਆ ਤਾਂ ਹੁਣ ਇਹਦਾ ਅਗੇਤਰ ਕਿਵੇਂ ਕੱਢਣਾ? ਅਖੀਰ ਵਾਲੀ ਰਕਮ 'ਚ ਇੱਕ ਜੋੜ ਦੇਣਾ। ਇਹਨੂੰ ਕਿਹੜਾ ਰਕਮ ਕਹਿੰਦੇ? ਇਕਾਈ ਅੰਕ, ਯੂਨਿਟ ਡਿਜਿਟ ਇਹੀ ਕਹਿੰਦੇ ਆ, ਇਕਾਈ ਦਾ ਅੰਕ ਕਹਿੰਦੇ ਆ। ਤਾਂ ਇਕਾਈ ਦੇ ਅੰਕ ਵਿੱਚ ਕਿੰਨਾ ਜੋੜਨਾ? ਇੱਕ, ਬਸ ਇੱਕ ਹੀ ਜੋੜੋ, ਉਹਨਾਂ ਤੁਹਾਡਾ ਜਿਹੜਾ ਜਵਾਬ ਆਊਗਾ ਉਹ ਅਗੇਤਰ ਯਾਨੀ ਕਿ ਸਕਸੈਸਰ ਆ ਜਾਊਗਾ। ਆ ਦੋਵੇਂ ਦੋਵੇਂ, ਨੌਵੇਂ ਦੋਵੇਂ, ਆ ਨੌਵੇਂ ਦੋਵੇਂ, ਤਿੰਨੋਵੇਂ ਦੋਵੇਂ, ਜੀਰੋ ਜੀਰੋ। ਹੁਣ ਆ ਜਿਹੜਾ ਜਵਾਬ ਹੈ ਇਹ ਕਹਿੰਦਾ ਕੀ ਹੈ? ਅਗੇਤਰ ਯਾਨੀ ਕਿ ਸਕਸੈਸਰ। ਸਮਝ ਲੱਗ ਗਈ? ਹੁਣ ਇਹ ਤਰੀਕਾ ਆਪਾਂ ਲਾ ਕੇ ਦੇਖੀਏ ਕਿ ਇੱਥੇ ਵੀ ਲਾਗੂ ਹੁੰਦਾ ਸੀ। ਨੌ ਵਿੱਚ ਇੱਕ ਜੋੜੀਏ, ਜਵਾਬ ਕਿੰਨਾ ਆਇਆ? ਇੱਕ ਹਜ਼ਾਰ ਦੇ ਇਕਾਈ ਦੇ ਅੰਕ ਯੂਨਿਟ ਡਿਜਿਟ ਇੱਕ ਜੋੜੀਏ, ਜੀਰੋ 'ਚ ਇੱਕ ਜੋੜਿਆ, ਇੱਕ ਆ ਜੀਰੋ ਉਵੇਂ, ਆ ਜੀਰੋ ਵੀ ਉਵੇਂ, ਤਾਂ ਹੀ ਜਵਾਬ ਆਇਆ ਸੀ। ਤਾਂ ਇਸਦਾ ਮਤਲਬ ਅੱਜ ਆਪਾਂ ਇੱਕ ਫਾਰਮੂਲਾ ਲੱਭ ਲਿਆ ਕਿ ਅਗੇਤਰ ਜਾਂ ਸਕਸੈਸਰ ਕਿਵੇਂ ਕੱਢੀ ਦਾ। ਜਿਹੜੀ ਰਕਮ ਦਾ ਅਗੇਤਰ ਜਾਂ ਸਕਸੈਸਰ ਕੱਢਣਾ ਉਹਦੇ ਅਖੀਰਲਾ ਡਿਜਿਟ ਯਾਨੀ ਕਿ ਇਕਾਈ ਦਾ ਅੰਕ ਯੂਨਿਟ ਡਿਜਿਟ ਵਿੱਚ ਕਿੰਨਾ ਜੋੜਨਾ? ਇੱਕ। ਕਿੰਨਾ ਜੋੜਨਾ? ਇੱਕ। ਸਾਹਮਣੇ ਸਮਝ ਲੱਗ ਗਈ? ਹਾਂਜੀ। ਪੱਕੀ ਗੱਲ ਹੈ? ਹੁਣ ਆਪਾਂ ਬੁੱਕ ਦੇ ਤੀਜੇ ਸਵਾਲ 'ਚ ਚਾਰ ਪੁਆਇੰਟਸ ਹੈ, ਇੱਕ ਮੈਂ ਕਰਵਾਉਂਗੀ, ਬਾਕੀ ਤਿੰਨ ਤੁਸੀਂ ਜਵਾਬ ਦੇ ਕਰਨੇ, ਜਾਂ ਦੋ ਮੈਂ ਕਰਵਾਉਂਗੀ ਬਾਕੀ ਦੋ ਤੁਸੀਂ ਕਰਕੇ ਥਾਣੇ, ਠੀਕ ਹੈ? ਮਨਜ਼ੂਰ ਹੈ? ਹਾਂਜੀ। ਚਲੋ 1009 ਇਹਦਾ ਅਗੇਤਰ ਪਤਾ ਕਰਨਾ। ਇਹਦੇ 'ਚ ਕਿੰਨਾ ਜੋੜਾਂਗੇ? 1009 'ਚ ਇੱਕ ਜੋੜਿਓ, 9+1 10, ਜੀਰੋ ਇੱਥੇ ਇੱਕ ਉੱਪਰ ਆਨਸਰ, 1+0 ਇੱਕ, ਆ 9+9 ਆ 0+9 ਆ 0+9 ਅਤੇ ਆ 1+9 ਆ ਜਿਹੜਾ ਹੈਗਾ ਇਹਦਾ ਕੀ ਆ ਗਿਆ? ਅਗੇਤਰ ਸਕਸੈਸ, ਠੀਕ ਹੈ ਜੀ, ਇਹ ਆ ਗਿਆ ਅਗੇਤਰ। ਹੁਣ ਦੂਜਾ ਵੀ ਭਾਗ 4, 6, 3,
3 0 9 9 4 6 3 0 9 9 ਉਹਦੇ ਇੱਕ ਜੋੜਿਆ 9+1 10 0 ਇੱਕ ਉੱਪਰ 9+1 10 0 ਥੱਲੇ ਇੱਕ ਉੱਪਰ ਹਾਂਸਲ 9+1 10 0 ਨੀਚੇ ਇੱਕ ਉੱਪਰ ਹਾਂਸਲ 1 1 ਆ 3 9 9 ਆ 6 9 9 ਆ 4 ਆ ਇਹਦਾ ਸਾਨੂੰ ਸਮਝ ਰੱਖੀ ਸੀ